ਮੁੱਕਦੀ ਗੱਲ ਕੀ, ਅਖੀਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਵੱਡੇ ਪੁੱਤਰ ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਉਹਨਾਂ ਨੇ ਪਿਤਾ ਜੀ ਤੋਂ ਆਗਿਆ ਮੰਗੀ ਕਿ ਸਤਿਗੁਰੂ ਜੀ ਮੈਦਾਨੀ ਜੰਗ ਵਿੱਚ ਜੂਝਣ ਦੀ ਆਗਿਆ ਬਖਸ਼ੋ, ਰਣ ਤੱਤੇ ਵਿੱਚ ਜੂਝਣ ਦੀ ਆਗਿਆ ਬਖਸ਼ੋ। ਹਜ਼ੀਰ ਨੇ ਆਪਣੇ ਪੁੱਤਰ ਨੂੰ ਸੀਨੇ ਨਾਲ ਲਾਇਆ, ਮੱਥਾ ਚੁੰਮਿਆ, ਅਸੀਸਾਂ ਦਿੱਤੀਆਂ। ਮਹਾਰਾਜ ਜੀ ਨੇ ਪੁੱਤ ਨੂੰ ਦਰਵਾਜ਼ਾ ਖੋਲ੍ਹ ਕੇ ਪੰਜਾਂ ਨੂੰ ਤੋਰਿਆ। ਬਾਬਾ ਅਜੀਤ ਸਿੰਘ ਰਣ ਤੱਤੇ ਵਿੱਚ ਉਤਰਦੇ ਆ, ਉਹਨਾਂ ਦੀ ਕਲਗੀ ਝੂਲਦੀ ਦਿਸਦੀ ਹੈ ਭੀੜ ਦੇ ਵਿੱਚ, ਜਿਵੇਂ ਮਾਨੋ ਬੱਬਰ ਸ਼ੇਰ ਦਾ ਬੱਚਾ ਝੂਲਦਾ ਹੋਇਆ ਆ ਰਿਹਾ। ਉਹਨਾਂ ਨੇ ਆਪਣੇ ਤੀਰ ਚਲਾਏ, ਆਪਣੇ ਸ਼ਸਤਰ ਚਲਾਏ। ਮੈਂ ਬੇਨਤੀ ਕਰਾਂ ਕਿ ਉਹਨਾਂ ਦੇ ਹੱਥ ਵਿੱਚ ਪਕੜੀ ਹੋਈ ਤਲਵਾਰ ਵੀ ਟੁੱਟ ਗਈ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਲਾਲ, ਨਾਲ ਦੇ ਸਿੰਘ ਸ਼ਹੀਦ ਪਏ ਹੁੰਦੇ ਆ। ਆਵਾਜ਼ ਦੇ ਕੇ ਕਿਹਾ, ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈ, ਇਹ ਕਲਗੀ ਵਾਲੇ ਦਾ ਪੁੱਤਰ ਹੈ, ਇਹਨੇ ਸਿਰ 'ਤੇ ਕਲਗੀ ਲਾਈ ਹੈ। ਬਾਬਾ ਅਜੀਤ ਸਿੰਘ ਨੂੰ ਚਾਰ ਚੁਫੇਰਿਓਂ ਘੋਰ ਕੇ ਪਿਆਰਿਓ ਸੈਂਕੜੇ ਜ਼ਖਮ ਦਿੱਤੇ ਗਏ। ਕਈ ਤਾਂ ਚਲੋ 300 ਤੋਂ ਵੱਧ ਗਿਣਤੀ ਕਰਦੇ ਆ, ਮੈਂ ਗਿਣਤੀ ਨੂੰ ਬੰਨਣਾ ਨਹੀਂ ਚਾਹੁੰਦਾ। ਉਹ ਪਿਆਰਿਓ ਇੱਕ ਸਰੀਰ 'ਤੇ ਸੈਂਕੜੇ ਵਾਰ ਕੀਤੇ ਗਏ, ਜਿਹਦੇ ਕੋਲ ਤੀਰ ਸੀ, ਜਿਹਦੇ ਕੋਲ ਕਿਰਪਾਨ ਸੀ, ਜਿਹਦੇ ਕੋਲ ਸੈਂਕੜੇ ਵਾਰ ਤੀਰ ਸੀਨੇ ਨਾਲ, ਪੂਰਾ ਸੀਨਾ ਤੀਰਾਂ ਨਾਲ ਭਰਿਆ। ਪਿਤਾ ਗੁਰਦੇਵ ਵੱਲ ਦੇਖਿਆ, ਜਦੋਂ ਜ਼ਮੀਨ 'ਤੇ ਡਿੱਗੇ ਅਤੇ ਅਟਾਰੀ 'ਚੋਂ ਇੱਕ ਆਵਾਜ਼ ਆਈ ਗੜੀ 'ਚੋਂ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ। ਸ਼ਾਬਾਸ਼ ਮੇਰੇ ਬੇਟੇ, ਕਮਾਲ ਕਰ ਦਿੱਤੀ ਤੁਸੀਂ। ਕਿਹੜਾ ਬਾਪ ਕਹਿੰਦਾ, ਪਿਆਰਿਓ ਮੈਂ ਤੁਹਾਨੂੰ ਸੱਚੀ ਕਹਿੰਦਾ, ਕਥਾ ਕਰਨੀ ਬਿਲਕੁਲ ਸੌਖੀ ਜੇ। ਅਸੀਂ ਕਹਿੰਦੇ ਮਹਾਨ ਵਿਦਵਾਨ ਇਸ ਤਰ੍ਹਾਂ, ਜਿਗਰ ਕਿੱਡਾ ਵੱਡਾ, ਠਾਕੁਰ ਮੇਰਾ ਭਾਰਾ, ਗੁਰੂ ਗੋਬਿੰਦ ਸਿੰਘ ਵਰਗਾ ਜਿਗਰ ਦੁਨੀਆ 'ਤੇ ਕਿਸੇ ਕੋਲ ਨਹੀਂ। ਪੁੱਤਰ ਦੇ ਸੈਂਕੜੇ ਨਿਸ਼ਾਨ ਨੇ ਤੀਰਾਂ ਨਾਲ ਪਰੋਤੇ ਜ਼ਮੀਨ 'ਤੇ ਡਿੱਗੇ ਆ, ਬਾਪੂ ਜਕਾਰੇ ਛੱਡਦਾ ਪਿਆ ਹੈ। ਓਨੀ ਦੇਰ ਨੂੰ ਜਦੋਂ ਸਾਹਿਬਜ਼ਾਦਾ ਦੀ ਸ਼ਹੀਦ ਹੋ ਗਏ, ਬਾਬਾ ਜੁਝਾਰ ਸਿੰਘ ਨੇ ਦੇਖਿਆ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਪਿਤਾ ਜੀ ਕੋਲ ਆਏ, ਸਤਿਗੁਰਾਂ ਨੇ ਦੇਖਿਆ। ਮੈਂ ਫਿਰ ਕਹਾਂਗਾ, ਇਹਨੂੰ ਕਮਜ਼ੋਰੀ 'ਚ ਨਹੀਂ ਲਿਜਾਣਾ ਬਿਲਕੁਲ ਵੀ, ਅਸੀਂ ਇਨਸਾਨ ਹਾਂ, ਇਮੋਸ਼ਨ ਨੇ ਸਾਡੇ, ਅਸੀਂ ਸੰਗ ਦਿਲ ਨਹੀਂ, ਅਸੀਂ ਪੱਥਰ ਦਿਲ ਨਹੀਂ। ਜਿਸ ਗੁਰਦੇਵ ਨੇ ਅੱਥਰੂ ਡਿੱਗਦੇ ਦੇਖੇ ਕਿਲਕ ਜੰਜੂ ਦੇ, ਇੰਨਾ ਹਿਰਦਾ ਪਿਘਲ ਗਿਆ ਆਪਣੇ ਬਾਪੂ ਨੂੰ ਤੋੜ ਦਿੱਤਾ, ਉਹ ਪੱਥਰ ਦਿਲ ਨਹੀਂ, ਸੰਗ ਦਿਲ ਨਹੀਂ।